ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮਿੰਟੂ ਜੀ ਵੈਰੀ ਗੁੱਡ ਮਾਰਨਿੰਗ, ਰੰਗਲਾ ਪੰਜਾਬ ਦੇ ਵਿੱਚ ਸਵਾਗਤ ਜੀ ਨੂੰ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਦੋਸਤੋ ਸੋਮਵਾਰ ਦੀ ਅੱਜ ਦੀ ਇਹ ਮਹਿਫਿਲ ਹੈ, ਆਗਾਜ਼ ਹੋ ਚੁੱਕਾ ਹੈ ਸਾਡਾ, ਔਰ ਹੁਣ ਐਵਰੀ ਡੇ ਸਵੇਰੇ ਸ਼ਾਮ ਤੁਸੀਂ ਟਾਕ ਸ਼ੋ, ਗੱਲਾਂ ਬਾਤਾਂ, ਖਬਰਾਂ ਅਤੇ ਵਿਸ਼ੇਸ਼ ਬੁਲੇਟਿਨ ਅਤੇ ਹਲਕਾ ਫੁਲਕਾ ਗੀਤ ਸੰਗੀਤ ਨਾਲ ਦੀ ਨਾਲ ਸੁਣੀ ਚੱਲੋਗੇ ਰੰਗਲਾ ਪੰਜਾਬ ਦੇ ਵਿੱਚ। ਆਓ ਹਫ਼ਤੇ ਦਾ ਪਹਿਲਾ ਦਿਨ ਅਤੇ ਪਹਿਲਾ ਸਵਾਲ ਹੈ, ਪਤਾ ਲੱਗਾ ਹੈ ਕਿ ਧੜਾ ਧੜ ਦਲ ਬਦਲੀਆਂ ਹੋ ਰਹੀਆਂ ਨੇ। ਹਾਂਜੀ, ਕੋਈ ਕਹਿ ਰਿਹਾ ਸੀ ਜੀ ਦਾਗੀ ਨਹੀਂ ਲੈਣੇ, ਕੋਈ ਕਹਿੰਦੇ ਦਾਗੀ ਆ ਰਹੇ ਨੇ, ਕੋਈ ਕਹਿੰਦੇ ਦਲ ਬਦਲਿਆ ਜਾ ਰਿਹਾ, ਕੋਈ ਕਹਿੰਦਾ ਪੱਤਰਕਾਰ ਕਿ ਸਾਡੇ ਕੋਲ ਭਰੋਸੇਯੋਗ ਸੂਤਰਾਂ ਤੋਂ ਪਤਾ ਹੈ ਕਿ 4 MLA ਕਾਂਗਰਸ ਦੇ ਆਮ ਆਦਮੀ ਜਾਣ ਵਾਲੇ ਨੇ, ਕੋਈ ਕੁਛ ਕੋਈ ਕੁਛ ਨਾ, ਅਸੀਂ ਅਜੇ ਨਹੀਂ ਬੋਲਾਂਗੇ, ਕਿਆ ਫਿਰ ਲੱਗੇ ਹੋਏ ਨੇ ਟਸਕਰੇ ਜਿਹੜੇ ਨੇ ਵਧ ਕੇ ਲੈ ਜਾ ਰਹੇ ਨੇ। ਪਰ ਇਹ ਪਤਾ ਲੱਗਾ ਹੈ ਕਿ ਦਲ ਬਦਲੀਆਂ ਦੀ ਲਿਸਟ ਕਾਫੀ ਲੰਬੀ ਹੁੰਦੀ ਜਾ ਰਹੀ ਹੈ। ਉਸ ਤੋਂ ਪਹਿਲਾਂ ਆਪਾਂ ਕਿਸਾਨ ਆਗੂ ਜੋ ਜਿੱਤ ਕੇ ਆਏ ਨੇ, ਹਾਂਜੀ ਖੁਸ਼ੀਆਂ ਦੇ ਜਸ਼ਨ ਮਨਾਏ ਗਏ ਨੇ ਵੱਖ ਵੱਖ ਵਿਦੇਸ਼ਾਂ ਦੇਸ਼ਾਂ ਦੇ ਵਿੱਚ, ਜਿਹੜੇ ਨੇ ਉਹ ਇਹਨਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾ ਰਹੇ ਨੇ, ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਇੱਕ ਦੂਜੇ ਨੂੰ ਕਿ ਮੋਰਚਾ ਫਤਿਹ ਕੀਤਾ ਹੈ। ਇੱਕ ਘਟਨਾ ਵੀ ਵਾਪਰੀ ਹੈ ਵਾਪਸ ਆਉਂਦਿਆਂ, ਕੁਝ ਉੱਥੇ ਜਿਹੜੇ ਨੇ ਨੌਜਵਾਨ ਐਕਸੀਡੈਂਟ ਦਾ ਸ਼ਿਕਾਰ ਵੀ ਹੋਏ ਨੇ, ਜਾਨਾਂ ਵੀ ਗਈਆਂ 2 ਆਈ ਥਿੰਕ ਸੋ। ਹਾਂਜੀ, ਸੋ ਸੈਡ ਆ ਜੀ, ਜਿੱਤ ਕੇ ਨਗਾਰੇ ਵਜਾਉਂਦੇ ਹੋਏ ਉਹ ਵਾਪਸ ਆ ਰਹੇ ਸਨ। ਪਰ ਇੱਥੇ ਜੇ ਰਾਜਨੀਤੀ ਦੀ ਗੱਲ ਕਰੀਏ, ਕੁਝ ਕਿਸਾਨ ਆਗੂ ਚੋਣ ਲੜਨ ਦਾ ਸੰਕੇਤ ਦੇ ਰਹੇ ਨੇ, ਕੀ ਕਹਿਣਾ ਚਾਹੋਗੇ? ਹਾਂਜੀ ਹਾਂਜੀ, ਦੇਖੋ ਇੱਕ ਚੈਨਲ ਦੇ ਨਾਲ ਗੱਲਬਾਤ ਕਰ ਰਹੇ ਸੀਗੇ ਕੁਛ ਕਿਸਾਨ ਆਗੂ, ਤੇ ਉਹਨਾਂ ਨੇ ਮਤਲਬ ਕਿ ਸੰਕੇਤ ਤਾਂ ਦਿੱਤਾ ਹਲਕਾ ਜਿਹਾ, ਇਹ ਗੱਲਾਂ ਕੀ ਆ ਕਿ ਜੇ ਲੋਕ ਚਾਹੁੰਦੇ ਆ ਤਾਂ ਇਹਦੇ ਉੱਤੇ ਜ਼ਰੂਰ ਕੰਮ ਕੀਤਾ ਜਾਵੇਗਾ। ਮਤਲਬ ਕਿ ਸਾਡੀ ਧਿਰ ਜਿਹੜੀ ਹੈ ਕਿਸਾਨਾਂ ਦੀ ਧਿਰ ਪੋਲਿਟਿਕਸ ਦੇ ਵਿੱਚ ਆਉਣ ਦਾ ਸੋਚ ਸਕਦੀ ਆ, ਤੇ ਇਹਦੇ ਤੇ ਰਾਜੇਵਾਲ ਵੀ ਅੱਜ ਬੋਲੇ ਤੇ ਹੈ ਨੇ, ਲੋਲ ਮੋਲ ਜਿਹਾ ਉਹਨਾਂ ਨੇ ਜਵਾਬ ਦਿੱਤਾ ਜਦੋਂ ਪੱਤਰਕਾਰ ਨੇ ਪੁੱਛਿਆ ਕਿ ਲੋਕ ਚਾਹੁੰਦੇ ਆ ਕਿ ਤੁਸੀਂ ਰਾਜਨੀਤੀ ਚ ਆਵੋ। ਉਹ ਕਹਿੰਦੀ ਕਿ ਦੇਖੋ ਲੋਕ ਸਾਡੇ ਨਾਲ ਜੁੜੇ ਨੇ, ਜਦੋਂ ਅਸੀਂ ਅੰਦੋਲਨ ਜਿੱਤ ਜਾਂਦੇ ਹਾਂ ਜਾਂ ਕੋਈ ਲੜਾਈ ਜਿੱਤ ਜਾਂਦੇ ਹਾਂ ਤਾਂ ਲੋਕਾਂ ਦੀਆਂ ਉਮੀਦਾਂ ਹੋਰ ਵੀ ਵੱਧ ਜਾਂਦੀਆਂ। ਪਰ ਜਿਹਦੇ ਤੇ ਉਮੀਦਾਂ ਹਾਰੀਆਂ ਗਈਆਂ ਨੇ, ਕੀ ਉਹ ਸਮਰੱਥਾ ਰੱਖਦਾ ਵੈ? ਮੁੜ ਕੇ ਕਹਿੰਦੇ ਕਿ ਜਿਵੇਂ ਛਿੱਤਰ ਖਾਣ ਦਾ ਕੀ ਫਾਇਦਾ ਲੋਕਾਂ ਨੂੰ? ਸੋ ਉਹਨਾਂ ਦਾ ਇਸ ਤਰ੍ਹਾਂ ਦਾ ਜਵਾਬ ਸੀ। ਗੁਰਨਾਮ ਸਿੰਘ ਜਦੋਂ ਨੇ ਵੀ ਬੋਲਦੇ ਨੇ, ਉਹਨਾਂ ਨੇ ਤਾਂ ਪਟਾਕਾ ਪਾਉਣ ਦਾ ਕਿਹਾ ਕਿ 4-5 ਦਿਨਾਂ ਦੇ ਵਿੱਚ ਵੱਡਾ ਅਸੀਂ ਇੱਥੇ ਪਟਾਕਾ ਪਾਵਾਂਗੇ। ਹੁਣ ਪਤਾ ਨੀ ਕਿਹੜਾ ਪਟਾਕਾ ਹੋਏਗਾ, ਤੇ ਉਹ ਕਹਿੰਦੇ ਕਿ ਮੈਂ ਤੇ ਪੇਸ਼ਕਸ਼ ਕੀਤੀ ਆ ਕਿਸਾਨ ਲੀਡਰ ਨੇ 30-32 ਕਿਸਾਨ ਜਥੇਬੰਦੀਆਂ ਦੇ ਕਿ ਤੁਸੀਂ ਮੇਰੇ ਕੋਲ ਆਓ, ਆਪਾਂ ਤੁਹਾਨੂੰ ਪੀਰੀਅਡ ਦਿੰਦੇ ਹਾਂ। ਸੋ ਉਹਨਾਂ ਨੇ ਇਹੋ ਜਿਹਾ ਜਵਾਬ ਦਿੱਤਾ। ਇੱਧਰ ਰਕੇਸ਼ ਟਕੈਤ ਵੀ ਕਹਿੰਦੇ ਕਿ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ। ਜਦੋਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਫਿਰ ਇਹ ਲੋਕ ਸਮਝ ਲੈਣਾ ਚਾਹੀਦਾ ਕਿ ਕੁਛ ਨਾ ਕੁਛ ਗੱਲ ਤੇ ਚੱਲ ਰਹੀ ਹੈ ਨਾ ਮਨ ਦੇ ਵਿੱਚ, ਕੁਛ ਨਾ ਕੁਛ ਤਾਂ ਫਿਰ ਹੁੰਦਾ ਹੀ ਆ। ਬਿਲਕੁਲ, ਮਤਲਬ ਕਿ ਕਿਤੇ ਨਾ ਕਿਤੇ ਤੇ ਕਣਕ ਹੁੰਦਾ ਮਨ ਦੇ ਵਿੱਚ ਕਿ ਹਾਂ ਯਾਰ ਇੰਨਾ ਹੋ ਸਕਦਾ। ਸੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਈਆਂ ਨੇ ਰਲਵੇ ਮਿਲਵੇ ਪ੍ਰਤੀਕਰਮ ਨੇ। ਪਰ ਗੱਲ ਇਹ ਆ ਕਿ ਹੁਣ ਜੇ ਤੁਸੀਂ ਦੇਖੋਗੇ ਤਾਂ ਮਾਲਵੇ ਦੇ ਵਿੱਚ ਗ੍ਰਾਮ ਵਾਲਿਆਂ ਦਾ ਬੜਾ ਤਕੜਾ ਖੇਡਰ ਆ, ਤੇ ਉਹਨਾਂ ਨੇ ਤਾਂ ਸਪਸ਼ਟ ਕਹਿ ਦਿੱਤਾ ਕਿ ਅਸੀਂ ਰਾਜਨੀਤੀ ਚ ਆਉਣਾ ਤੇ ਛੱਡੋ, ਅਸੀਂ ਤੇ ਵਿਰੋਧ ਕਰਾਂਗੇ ਨਾ ਜੇ ਆਉਂਗੇ ਤਾਂ। ਫਿਰ ਸੈਕਿੰਡ ਮਾਝੇ ਵਾਲੀ ਜਿਹੜੀ ਉਹ ਮਜ਼ਦੂਰ ਕਿਸਾਨ ਹੈਗੀ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਉਹਨਾਂ ਨੇ ਉੱਥੇ ਮਾਝੇ ਦੇ ਵਿੱਚ ਉਹਨਾਂ ਦਾ ਬੜਾ ਆਧਾਰ ਆ। ਉਹਨਾਂ ਨੇ ਆਖਿਆ ਕਿ ਅਸੀਂ ਨਹੀਂ ਇਲੈਕਸ਼ਨ ਲੜਨਾ, ਤੇ ਕਹਿਣ ਦਾ ਮਤਲਬ ਇਹੋ ਆ ਕਿ ਉਹ ਫਿਰ ਰਹਿ ਕਿਹੜੀਆਂ ਗਈਆਂ ਜਥੇਬੰਦੀਆਂ ਲੈਫਟਿਸਟ, ਤੇ ਤੁਹਾਨੂੰ ਪਤਾ ਉਹ ਆਪਦੇ CPI CPM ਮਤਲਬ ਕਿ ਉਹਨਾਂ ਦਾ ਆਪਦਾ ਹੁੰਦਾ, ਉਹ ਉੱਧਰ ਹੀ ਜਾਂਦੇ ਆ, ਬਿਲਕੁਲ ਪੈਣ ਜਾਂ ਨਾ ਪੈਣ। ਕਹਿਣ ਦਾ ਮਤਲਬ ਕਿ ਹੁਣ ਇਹੀ 2-3-4 ਕਿਸਾਨ ਆਗੂ ਜਿਹੜੇ ਆ, ਜਾਂ ਕਹਿ ਲਓ ਕਿ 4 ਕਿਸਾਨ ਜਥੇਬੰਦੀਆਂ, ਕਿਉਂਕਿ ਡੱਬੇਵਾਲ ਨੇ ਤੇ ਸਪਸ਼ਟ ਕਹਿ ਦਿੱਤਾ ਕਿ ਅਸੀਂ ਵੀ ਰਾਜਨੀਤੀ ਜਾਣਾ। ਮਤਲਬ ਘੁਮਾ ਫਿਰਾ ਕੇ ਜੇ ਦੇਖੀਏ ਤਾਂ 4-5 ਲੀਡਰ ਵੀ ਬਚਦੇ, ਜਾਂ 4-5 ਮੁੱਖ ਜਥੇਬੰਦੀਆਂ ਨੇ ਜਿਹੜੀਆਂ ਹੱਲ ਦੀ ਕੜੀ ਸਾਈਲੈਂਟ ਨੇ ਤੇ ਨਾ ਤਾਂ ਇਹ ਗੱਲ ਪ੍ਰਵਾਨ ਕਰਦੇ ਨੇ ਕਿ ਹਾਂ ਅਸੀਂ ਇਲੈਕਸ਼ਨ ਲੜਨਾ ਵਾ, ਨਾ ਹੀ ਉਹ ਇਸ ਚੀਜ਼ ਨੂੰ ਖੁੱਲ ਕੇ ਡਿਨਾਈ ਕਰਦੇ ਨੇ। ਸੋ ਇਹੋ ਜਿਹੀ ਸੂਰਤ ਹਾਲ ਆ। ਬਾਕੀ ਉਹਨਾਂ ਡੱਲੇਵਾਲ ਨੇ ਕਾਫੀ ਵੱਡਾ ਇਨਕਸ਼ਾਫ ਕੀਤਾ ਵਾ ਅੱਜ ਕਿ 4 ਕਿਸਾਨ ਆਗੂ ਜਿਹੜੇ ਸੀਗੇ ਉਹ ਭਾਜਪਾ ਆਗੂਆਂ ਦੇ ਨਾਲ ਕੁਝ ਮੀਟਿੰਗਾਂ ਕਰਦੇ ਰਹੇ ਆ, ਔਰ ਇਹਨਾਂ ਨੇ ਚਿੱਠੀ ਵੀ ਲਿਖੀ ਹੈ, ਉਹਨਾਂ ਦੇ ਵਿੱਚ ਨਾਂ ਪ੍ਰਮੁੱਖ ਤੌਰ ਤੇ ਜਿਹਦਾ ਗਿਆ ਉਹਦੇ ਵਿੱਚ ਰਾਜੇਵਾਲ ਵੀ ਸ਼ਾਮਲ। ਵਾਇਸ ਆਫ ਸਿਟੀ 1320 AM ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਔਰ ਜਿਹੜੀ ਰਾਜੇਵਾਲ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ, ਚਲੋ ਖੁੱਲ੍ਹ ਕੇ ਜੇ ਚੋਣ ਮੈਦਾਨ ਦੇ ਵਿੱਚ ਆਉਂਦੇ ਨੇ ਕਿ ਵੀ ਅਸੀਂ ਫਲਾਣੀ ਪਾਰਟੀ ਦਾ ਸਮਰਥਨ ਕਰਨਾ ਜਾਂ ਫਲਾਣੀ ਪਾਰਟੀ ਦੇ ਚੋਣ
ਨਿਸ਼ਾਨ ਦੇ ਉੱਤੇ ਚੋਣ ਲੜਨਾ ਤਾਂ ਫਿਰ ਇਹ ਕਲੀਅਰ ਹੋ ਜਾਣਾ ਚਾਹੀਦਾ। ਵੈਸੇ ਮੈਂ ਸ਼ੁਰੂ ਤੋਂ ਹੀ 97 ਤੋਂ ਇਸ ਮੰਚ ਦੇ ਰਾਹੀਂ ਜੇ ਕੋਈ ਸੋਸ਼ਲ ਵਰਕਰ ਚੋਣ ਮੈਦਾਨ ਦੇ ਵਿੱਚ ਆਉਂਦਾ ਜਾਂ ਕਿਸੇ ਵੀ ਖੇਤਰ ਦੇ ਵਿੱਚ ਚੰਗਾ ਕੰਮ ਕਰਕੇ ਕੋਈ ਉਹ ਚੋਣਾਂ ਲੜਨਾ ਚਾਹੁੰਦਾ ਤਾਂ ਇਹ ਉਹਦਾ ਹੱਕ ਹੈ, ਉਹ ਲੜਨਾ ਚਾਹੇ ਤਾਂ ਲੜ ਸਕਦਾ, ਕਿਉਂਕਿ ਜ਼ਰੂਰੀ ਥੋੜ੍ਹੀ ਵੀ ਕਿਸਾਨਾਂ ਦੇ ਪੁੱਤ ਨੇ ਕਿਸਾਨ ਹੀ ਬਣਨਾ ਅਤੇ ਘਾਈ ਦੇ ਪੁੱਤ ਨੇ ਘਾਈ ਬਣਨਾ ਅਤੇ ਉਹ ਆਪਣੀ ਚੰਗੀ ਸੋਚ ਦੇ ਰਾਹੀਂ ਦੇਸ਼ ਦੀ ਸੇਵਾ ਨਹੀਂ ਕਰ ਸਕਦਾ। ਹੁਣ ਕੇਜਰੀਵਾਲ ਵੀ ਤਾਂ ਉੱਠਿਆ ਹੀ ਹੈ ਨਾ, ਉਹਦਾ ਅੱਗਾ ਪਿੱਛਾ ਦੇਖ ਲਓ ਤੁਸੀਂ, ਉਹ ਵੀ ਤਾਂ ਰਾਜਨੇਤਾ ਬਣਿਆ। ਹੋਰ ਬੜੇ ਇਹੋ ਜਿਹੇ ਹੋਣਗੇ ਜਿਹੜੇ ਬਣਨਾ ਚਾਹੁੰਦੇ ਨੇ, ਪਰੰਤੂ ਜਿਹੜਾ ਭਾਵ ਰਾਜ ਦੇ ਪ੍ਰੋਗਰਾਮ 'ਚ ਗੱਲ ਕਰਦੇ ਹੁੰਦੇ ਹਾਂ ਕਿ ਇਹ ਇੰਨੀ ਮਹਿੰਗੀ ਚੋਣ ਹੋ ਗਈ, ਇੰਨੀ ਮਹਿੰਗੀ ਚੋਣ ਹੋ ਗਈ ਹੈ ਕਿ ਆਮ ਬੰਦੇ ਦੇ ਵੱਸ ਦਾ ਰੋਗ ਨਹੀਂ ਹੈ, ਆਮ ਬੰਦਾ ਲੜ ਨਹੀਂ ਸਕਦਾ। ਪਰ ਜਨਤਾ ਚਾਹੇ ਤਾਂ ਉਹ ਜਿਸ ਨੂੰ ਮਰਜ਼ੀ ਹੀਰੋ ਵੀ ਬਣਾ ਸਕਦੀ ਹੈ, ਉਹਦੀਆਂ ਜੇ ਪੋਲਸੀ ਦੇ ਨਾਲ ਉਹ ਸਹਿਮਤ ਹੋਵੇ ਤਾਂ ਇਹ ਜਨਤਾ ਜਨਾਰਦਨ ਹੁੰਦੀ ਹੈ। ਪਰ ਜੇ ਕਿਸਾਨ ਲੜਨਾ ਚਾਹੁੰਦੇ ਨੇ ਤਾਂ ਡੈਫੀਨੇਟਲੀ ਭਾਜਪਾ ਦਾ ਕੀ ਆਧਾਰ ਆ ਇਸ ਜਿਹੜੀ ਵਾਪਸ ਲਿਆ ਉਹਨਾਂ ਨੇ ਕਿਸਾਨਾਂ ਦੇ ਜਿਹੜੇ ਬਿੱਲ ਨੇ ਉਹਦੇ 'ਤੇ ਠੱਪਾ ਲੱਗ ਗਿਆ। ਪੰਜਾਬ ਦੇ ਵਿੱਚ ਕਿਸ ਤਰ੍ਹਾਂ ਦਾ ਲੋਕਾਂ ਦਾ ਕੋਈ ਪ੍ਰਤੀਕਰਮ ਚੇਂਜ ਹੋਇਆ, ਪਤਾ ਲੱਗਿਆ ਕਿ ਸਾਬਕਾ ਵਿਧਾਇਕ ਭਾਜਪਾ ਦਾ ਪੱਲਾ ਫੜਨ ਲਈ ਤਿਆਰ ਕਈ ਨੇ ਵੈਸੇ ਤਾਂ ਉਹਦਾ ਕੀ ਕਹਿਣਾ ਚਾਹੋਗੇ? ਹਾਂਜੀ, ਦੇਖੋ ਆਧਾਰ ਇਹਨਾਂ ਦਾ ਜਿਹੜਾ ਹੁੰਦਾ ਨਾ ਬਾਹਰੀ ਤੌਰ ਤੇ ਠੀਕ ਆ ਕਿ ਪਿੰਡਾਂ ਦੇ ਵਿੱਚ ਇਹਨਾਂ ਨੇ ਜ਼ੋਰ ਨਹੀਂ ਲਾਉਣਾ ਨਰੋਲ ਪਿੰਡ ਸੀਟਾਂ, ਕਿਉਂਕਿ ਤਿੰਨ ਤਰ੍ਹਾਂ ਦੀਆਂ ਸੀਟਾਂ ਨੇ ਸਾਡੇ ਪੰਜਾਬ 'ਚ, ਇੱਕ ਸ਼ਹਿਰੀ ਸੀਟਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਅਰਧ ਸ਼ਹਿਰੀ ਤੇ ਇੱਕ ਹੁੰਦੀਆਂ ਨੇ ਨਰੋਲ ਪਿੰਡ, ਤਿੰਨ ਟਾਈਪ ਦੀਆਂ ਨੇ 117 ਸੀਟਾਂ ਜੇ ਤੁਸੀਂ ਇਹਨਾਂ ਨੂੰ ਵੰਡੋਗੇ ਤਾਂ। ਉਹਦੇ 'ਚ ਕੀ ਆ ਕਿ ਨਰੋਲ ਕਿਸਾਨ ਆਗੂ ਵੀ, ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣੀ ਚਾਹਾਂਗਾ ਕਿ ਕਿਸਾਨ ਆਗੂ ਵੀ ਸੰਭਲ ਕੇ ਚੱਲਣਾ। ਇਹ ਨਹੀਂ ਹੈ ਕਿ ਇੱਥੇ ਦਾ ਜਿਹੜਾ ਕਿਸਾਨ ਵੋਟ ਹੈ ਉਹ ਆਪੋ ਆਪਣੇ ਧਿਰਾਂ ਨਾਲ ਵੀ ਜੁੜਿਆ, ਬਿਲਕੁਲ ਸਾਰੀ ਕਿਸਾਨੀ ਦੀ ਮੋਟ ਜਿਹੜੀ ਹੈ ਬਿਲਕੁਲ ਪੈ ਜਾਏਗੀ ਜਾਂ ਫਲਾਣੇ ਕਿਸੇ ਆਗੂ ਨੂੰ ਪੈ ਜਾਏਗੀ। ਉਹਦੇ 'ਚ ਨੁਕਸਾਨ ਇਹਨਾਂ ਦਾ ਇਹ ਹੋ ਸਕਦਾ ਕਿ 10-15 ਸੀਟਾਂ ਤੇ ਤਾਂ ਜਿਹੜੀਆਂ ਪੇਂਡੂ ਸੀਟਾਂ ਉਹਨਾਂ ਤੇ ਤਾਂ ਇਲੈਕਸ਼ਨ ਲੜ ਲੈਣ ਤਾਂ ਵਧੀਆ ਗੱਲ ਹੈ, ਪਰ ਜੇ ਸਾਰੇ ਨੂੰ ਹੱਥ ਮਾਰਨਗੇ ਤੇ ਹੱਥ ਵਿੱਚ ਵੀ ਲੱਗਣਾ। ਬਿਲਕੁਲ, ਉੱਥੇ ਵੀ ਰਲ ਕੇ, ਉੱਥੇ ਵੀ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਜਿਵੇਂ ਦਿੱਲੀ 'ਚ ਬੈਠੇ ਰਹੇ। ਨਹੀਂ, ਰਲ ਸਕਦੇ ਹੀ ਨਹੀਂ ਇਲੈਕਸ਼ਨ 'ਚ, ਨਹੀਂ ਰਲ ਸਕਦੇ ਕਿਉਂਕਿ ਚੜੂਨੀ ਗਰੁੱਪ ਤੇ ਅੱਡ ਤੋਂ ਹੈ ਨਾ, ਉਹ ਤੇ ਸ਼ੁਰੂ 'ਚ ਅੱਡ ਤੋਂ ਹੈ, ਸੰਗਰਾਹ ਵਿਰੋਧ ਦੇ ਵਿੱਚ ਹੈ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਵਿਰੋਧ ਦੇ ਵਿੱਚ ਹੈ, ਡੱਲੇਵਾਲ ਵਿਰੋਧ ਦੇ ਵਿੱਚ ਹੈ, ਅਸੀਂ ਤਾਂ ਹੋ ਹੀ ਨਹੀਂ ਸਕਦੇ ਕਿਉਂਕਿ ਲਾਮੀਆਂ ਵਿਰੋਧ ਦੇ ਵਿੱਚ ਆ ਗਏ ਨਾ ਕਿ ਅਸੀਂ ਇਸ ਚੀਜ਼ ਦੇ ਖਿਲਾਫ਼ ਹਾਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਾਜਪਾ ਦੀ ਵੀ ਸਟ੍ਰੈਟਜੀ ਜਿਹੜੀ ਆ ਕੁਛ ਇਸ ਤਰ੍ਹਾਂ ਦੀ ਹੈ ਕਿ ਉਹ ਸ਼ਹਿਰੀ ਵੋਟ ਨੂੰ ਹੀ ਟਾਰਗੇਟ ਕਰ ਰਹੇ ਨੇ, ਜਾਂ ਜਿੱਥੇ ਮਤਲਬ ਕਿ ਹਿੰਦੂ ਵੋਟ ਜ਼ਿਆਦਾ, ਮੈਂ ਅੰਕੜੇ ਕੱਢ ਦਿਆਂਗਾ ਸਾਰੀਆਂ ਸੀਟਾਂ ਦੇ, ਹੁਣ ਹੌਲੀ ਇਲੈਕਸ਼ਨ ਚੱਲੇਗਾ, ਕੰਮ ਜਾਰੀ ਹੈ, ਸਾਡੀ ਟੀਮ ਲੱਗੀ ਹੈ, ਕਹਿੰਦਾ ਅਸੀਂ 3-4 ਜਣੇ ਜਿਹੜੇ ਕੰਮ ਕਰਦੇ ਹਾਂ, ਅੰਕੜੇ ਸਾਰੇ ਬਣਾ ਲਵਾਂਗੇ, ਉਹਦੇ 'ਚ ਦੱਸ ਵੀ ਦਊਂਗਾ ਮੈਂ ਕੱਲੀ ਕੱਲੀ ਸੀਟ ਤੇ ਕਿੱਥੇ ਹਿੰਦੂ ਵੋਟ ਜਿਹੜੀ ਆ ਉਹ ਲਾ ਲਓ 40-60% ਤੱਕ ਚਲੇ ਜਾਂਦੀ ਆ, ਠੀਕ ਹੈ ਨਾ ਜੀ। ਤਾਂ ਉਹ ਜਿਹੜੀਆਂ ਸੀਟਾਂ ਨੇ ਉਹ ਉਹਨਾਂ ਨੇ ਬਿਲਕੁਲ ਟਾਰਗੇਟ ਕਰ ਲਿਆ ਹੁੰਦਾ, ਆ ਗੋਲ ਰੱਖ ਲਿਆ ਹੁੰਦਾ ਕਿ ਇੱਥੇ ਅਸੀਂ ਮਜ਼ਬੂਤ ਆ, ਔਰ ਇਹਨਾਂ ਦਾ ਕੀ ਹੁੰਦਾ ਕਿ ਅੰਦਰ ਬਾਹਰ ਪਰਦੇ ਦੇ ਪਿੱਛੇ ਹੀ ਆਪਣੇ ਆਪ ਨੂੰ ਮਜ਼ਬੂਤ ਕਰਦੇ ਜਾਂਦੇ ਆ। ਇਹਨਾਂ ਦੀਆਂ ਮੀਟਿੰਗਾਂ ਰਾਤ ਨੂੰ ਹੁੰਦੀਆਂ ਨੇ ਆਮ ਤੌਰ ਤੇ, ਬਹੁਤ ਹੱਦ ਤੱਕ ਚਲੋ ਇਹਨਾਂ ਦਾ ਜਿਹੜਾ ਕਿਹਾ, ਕਿਉਂਕਿ ਕਾਰੋਬਾਰੀ ਵੀ ਬੰਦੇ ਇਹਨਾਂ ਦੇ ਜ਼ਿਆਦਾਤਰ, ਜਿਹੜਾ ਇਹਨਾਂ ਦਾ ਵੋਟ ਬੈਂਕ ਆ ਜ਼ਿਆਦਾਤਰ ਦੁਕਾਨਦਾਰੀ 'ਚ ਆ, ਤਾਂ ਰਾਤ ਨੂੰ ਸ਼ਾਮ ਨੂੰ ਕੰਮ ਚੱਲ ਰਿਹਾ। ਸੋ ਉਹ ਕਿੰਨਾ ਕੁ ਅਸਰ ਪੈਂਦਾ ਬਾਅਦ ਦੀ ਗੱਲ ਹੈ, ਔਰ ਇਹ ਪੇਂਡੂ ਵੋਟ ਨੂੰ ਮੁੱਖ ਰੱਖ ਕੇ ਚੱਲਣਗੇ ਵੀ ਨਹੀਂ ਆ। ਤਾਂ ਜਿੱਦਾਂ ਹੁਣ ਸੁਰਜੀਤ ਕੁਮਾਰ ਚੈਣੀ ਆ, ਸੁਰਜੀਤ ਕੁਮਾਰ ਚੈਣੀ ਜਿੱਦਾਂ ਉਹਦੀ ਵੋਟ ਪੱਕੀ ਹੈ ਫਾਜ਼ਿਲਕਾ ਦੇ ਵਿੱਚ, ਉਹਦੀ ਵੋਟ ਪੱਕੀ ਆ, ਉਹ ਨਰੂਰ ਪੇਂਡੂ ਹਲਕੇ 'ਚ ਆ ਕੇ ਐਤੀ ਪਤਾ ਨੀ ਪੱਕੀ ਵੋਟ ਰੱਖ ਪਾਏਗਾ ਕਿ ਨਹੀਂ ਰੱਖ ਪਾਏਗਾ, ਪਰ ਅਕਸਰ ਅਸੀਂ ਤਾਂ ਦੇਖਿਆ ਜਦੋਂ ਤੋਂ ਵੋਟ ਰਾਜਨੀਤੀ 'ਚ ਆਇਆ ਹੈ ਸੁਰਜੀਤ ਕੁਮਾਰ ਜੈਨੀ, ਕਿ ਉਹਨੇ ਆਪਣੀ ਵੋਟ ਨੂੰ ਇਕਮੁੱਠ ਰੱਖਿਆ, ਆਪਦੇ ਨਾਲ ਚੂੜ ਕੇ ਰੱਖਿਆ ਵਾ। ਤਾਂ ਇਹ ਕੁਛ ਸੀਟਾਂ ਜੇ ਛੱਡ ਦੇਣਗੇ ਤਾਂ ਜਿਹੜੀ ਅੱਗੇ ਬੰਦੇ ਦੀ ਪਰਸਨਲ ਬਣੀ ਹੁੰਦੀ ਹੈ ਜਾਂ ਇੱਕ ਉਹਦਾ ਦਰ ਸੂਟ ਹੁੰਦਾ ਵਾ, ਉਹਨੂੰ ਛੱਡ ਦੇਣ ਤਾਂ ਜ਼ਿਆਦਾਤਰ ਸ਼ਹਿਰੀ ਵੋਟ ਨੂੰ ਟਾਰਗੇਟ ਕਰਨਗੇ। ਜਿੱਥੋਂ ਤੱਕ ਗੱਲ ਹੈ ਕਿ ਸਾਬਕਾ ਵਿਧਾਇਕ ਦੀ, ਅਕਾਲੀਆਂ ਦੇ ਇੱਕ ਸਾਬਕਾ ਵਿਧਾਇਕ ਬਾਰੇ ਚਰਚਾ, ਵੈਸੇ ਉਹ ਪਹਿਲਾਂ ਵੀ ਪਤਾ ਹੀ ਸੀਗਾ ਕਿ ਅੰਦਰ ਖਾਤੇ ਤੇ ਜੁੜਿਆ ਹੋਇਆ ਇਹਨਾਂ ਦੇ ਨਾਲ, ਸੰਘ ਦੇ ਨਾਲ ਜੁੜਿਆ ਹੋਇਆ, ਦੁਆਬੇ ਦੇ ਵਿੱਚੋਂ ਆ। ਕੱਲ ਨੂੰ ਸੰਭਾਵਨਾ ਹੈ ਕਿ ਲੁਧਿਆਣੇ ਸ਼ਾਇਦ ਰੱਖਿਆ ਜਾਏਗਾ ਇਹਨਾਂ ਦਾ ਪ੍ਰੋਗਰਾਮ, ਤੇ ਉਹਦੇ ਵਿੱਚ ਉਹਦੀ ਸ਼ਮੂਲੀਅਤ ਹੋ ਸਕਦੀ ਆ। ਸੋ ਤਕਰੀਬਨ ਤੈਅ ਹੀ ਆ, ਬਾਕੀ ਹੁਣ ਇਸ ਵੇਲੇ ਦੇਖੋ ਸਵੇਰ ਚੜ੍ਹੇਗੀ ਪਤਾ ਲੱਗੇਗਾ, ਕਿਉਂਕਿ ਇੱਥੇ ਕੁਛ ਵੀ ਨਹੀਂ, ਆਪਾਂ ਪਹਿਲਾਂ ਨੀ ਕਿਹਾ ਸੀ ਸਕਦੇ, ਕੋਈ ਭੇਤ ਹੀ ਨੀ ਆਉਂਦਾ ਕਿ ਕਿਹੜਾ ਕਿਹਦੇ ਨਾਲ, ਜਿਵੇਂ ਕਹਿੰਦੇ ਹੁੰਦੇ ਨਾ ਕਿ ਗਾਟੀ ਪਾਈ ਫਿਰਦਾ, ਤਾਂ ਗਾਟੀ ਪਤਾ ਨੀ ਕਿਹੜਾ ਕਿਹਦੇ ਨਾਲ ਪਾਈ ਫਿਰਦਾ ਹੈ ਜੀ। 9058131320913 1300
ਇਹ ਕੁੜਕੁਨੀ ਖੇਡ ਖੇਡਣੇ ਗਾਟੀ ਕਿਹੜਾ ਕਹਿਣਾ ਪਾਈ ਫਿਰਦਾ ਪਤਾ ਹੀ ਕੋਈ ਨਹੀਂ ਕਿਆ ਬਾਤ ਹੈ ਜੀ ਔਰ ਸੀਐਮ ਚਿਹਰਾ ਆਮ ਆਦਮੀ ਪਾਰਟੀ ਕੋਈ ਹੈ ਇਸ਼ਾਰਾ ਕੋ ਥੋੜਾ ਬਹੁਤਾ ਜਾਂ ਫਿਰ ਨਾਤੀ ਧੋਤੀ ਰਹਿ ਗਈ ਨੱਕ ਤੇ ਮੱਖੀ ਸੀਐਮ ਦਾ ਚਿਹਰਾ ਟੈਕਸ ਆਇਆ ਸੀਐਮ ਦਾ ਚਿਹਰਾ ਆਮ ਆਦਮੀ ਪਾਰਟੀ ਲਾਭ ਕਰੇਗੀ ਕਿ ਨਹੀਂ ਐਲਾਨ ਸ਼ੁਰੂ ਹੋ ਜਾਣਗੀਆਂ ਹਾਲ ਦੀ ਕੜੀ ਉਹ ਨਹੀਂ ਦੇ ਰਹੇ ਸੀ ਉਹਨਾਂ ਨੇ ਉਤਰਾ ਸੂਚੀ ਜਾਰੀ ਕਰ ਦਿੱਤੀ ਸੀਗੀ ਤੀਹ ਉਮੀਦਵਾਰ ਹੋਰ ਉਹਨਾਂ ਨੇ ਐਲਾਨ ਦਿੱਤੇ ਆ ਤਾਂ ਉਮੀਦਵਾਰ ਐਲਾਨਣ ਤੋਂ ਬਾਅਦ ਭਾਵੇਂ ਹੋ ਸਕਦਾ ਕਿ ਉਸ ਤੋਂ ਬਾਅਦ ਉਹ ਆਪਣਾ ਸੀਐਮ ਫੇਸ ਜਿਹੜਾ ਡਿਕਲੇਅਰ ਕਰਨ ਤਾਂ ਉਹ ਹੁਣ ਪਤਾ ਨੀ ਕਿਹਨੂੰ ਲੱਭ ਰਹੇ ਆ ਕਿਹਨੂੰ ਉਡੀਕ ਰਹੇ ਆ ਕਿਉਂਕਿ ਵੈਸੇ ਜੇ ਤੁਸੀਂ ਦੇਖੋਗੇ ਸਾਥ ਇੱਕ ਅਕਾਲੀ ਦਲ ਨੂੰ ਛੱਡ ਦਈਏ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਤਾਂ ਸਿੱਧਾ ਕਹਿ ਹੀ ਦਿੱਤਾ ਇਹ ਤਾਂ ਸਾਫ਼ ਆ ਕਿ ਮੁੱਖ ਮੰਤਰੀ ਆਇਆ ਉਹ ਮੰਗਾ ਗਾ ਤਾਂ ਦੂਸਰੀਆਂ ਕਿਸੇ ਵੀ ਪਾਰਟੀ ਨੂੰ ਦੇਖ ਲਓ ਤੁਸੀਂ ਚਾਹੇ ਉਹ ਭਾਜਪਾ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਵਾਲੇ ਸਾਰੀਆਂ ਹੀ ਮਤਲਬ ਕਿ ਕਿਤੇ ਨਾ ਕਿਤੇ ਸੀਐਮ ਫੇਸ ਦਾ ਪਰਦਾ ਜਿਹੜਾ ਉਹ ਹਾਲੇ ਰੱਖ ਕੇ ਬੈਠੀਆਂ ਜੀ ਅੱਛਾ ਇੱਕ ਸਬਜ਼ ਬਾਗ ਜਿਹਾ ਦਿਖਾਇਆ ਜਾ ਰਿਹਾ ਸੀਗਾ ਖਬਰਾਂ ਬੜੀਆਂ ਛਪੀਆਂ ਆਪਾਂ ਵੀ ਡਿਸਕਸ ਕੀਤੀ ਪੰਜਾਬ 'ਚੋਂ ਵੱਧ ਜ਼ਮੀਨ ਵਾਲੇ ਕਿਸਾਨਾਂ ਦੇ ਹੁਣ ਪਤਾ ਲੱਗਾ ਹੈ ਕਿ ਨਹੀਂ ਹੋਣਗੇ ਰਿਕਾਰਡ ਚੈੱਕ ਯੂ ਟਰਨ ਮਾਰ ਗਏ ਨੇ ਚੰਨੀ ਸਾਹਿਬ ਕਿਤੇ ਬਾਕੀਆਂ ਦੇ ਵਾਅਦੇ ਉੱਤੇ ਵੀ ਨਾ ਘਰ ਘਰ ਚੱਲੀ ਕਹਿੰਦੇ ਗੱਲ ਚੰਨੀ ਘਰ ਦਾ ਮਸਲੇ ਹੱਲ ਕਿਤੇ ਯੂ ਟਰਨ ਵਾਲੇ ਮਸਲੇ ਨਾ ਹੋ ਜਾਣ ਸਾਰੇ ਜਿਵੇਂ ਵਾਅਦੇ ਕੀਤੇ ਨੇ ਕੀ ਕਹਿਣਾ ਚਾਹੋਗੇ ਦੇਖੋ ਇਹ ਕੰਮ ਇਹਨਾਂ ਦੇ ਵੱਸ ਦਾ ਨਹੀਂ ਹੈਗਾ ਇਹ ਚੀਜ਼ਾਂ ਜਿਹੜੀਆਂ ਨਾ ਉਹ ਇੰਡੀਆ ਦੇ ਵਿੱਚ ਵੈਸੇ ਜੇ ਤੁਸੀਂ ਦੇਖੋਗੇ ਸਾਰੇ ਰਾਜਾਂ ਦੀ ਮੈਂ ਗੱਲ ਕਰ ਦੇਣਾ ਆ ਕਿ ਇਹਨਾਂ ਚ ਜੁੱਤ ਨੀ ਹੈਗੀ ਕੋਈ ਵੀ ਫੈਸਲੇ ਕਿਉਂਕਿ ਦੇਖੋ ਵੱਡੇ ਕਿਸਾਨ ਕਿਹੜੇ ਆ 2000 ਕਿਸਾਨ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਆ ਜਿਹਦੇ ਕੋਲ ਲਾ ਲਓ ਕਿ 250 ਕਿੱਲੇ ਤੋਂ ਵੱਧ ਜ਼ਮੀਨ ਆ 10,000 ਇਸ ਤਰ੍ਹਾਂ ਦੇ ਆ ਜਿਹਨਾਂ ਦੇ ਕੋਲ ਲਾ ਲਓ ਕਿ ਕੋਈ 20-50 ਵਾਲੀ ਰੇਂਜ ਦੇ ਵਿੱਚ ਆ ਬਾਕੀ 10 ਕਿੱਲਿਆਂ ਵਾਲੇ ਜਿਹੜੇ ਮੇਰੇ ਖਿਆਲ ਦੇ ਨਾਲ ਕਈ ਲੱਖ ਨੇ ਇਸ ਤਰ੍ਹਾਂ ਬਣ ਜਾਂਦੇ ਉਹ ਆਪਾਂ ਜੇ ਉਹਨਾਂ ਨੂੰ ਵੰਡ ਕੇ ਚੱਲੀਏ ਤਾਂ ਹੁਣ ਜਿਹੜੇ ਵੱਡੇ ਕਿਸਾਨ ਨੇ ਉਹ ਜਿਹੜੇ ਵੱਡੇ ਕਿਸਾਨ ਆ ਉਹ ਤੇ ਰਾਜਨੀਤੀ ਚ ਨੇ ਸੀਲਿੰਗ ਐਕਟ ਦਾ ਐਕਚੁਅਲ ਚ ਮਤਲਬ ਕੀ ਸੀਲਿੰਗ ਐਕਟ ਹੈਗਾ ਇੰਡੀਆ ਚ ਔਰ ਕੋਈ ਵੱਡੀ ਗੱਲ ਨੀ ਹੈ ਜਿੱਦਣ ਕੋਈ ਤਗੜਾ ਆ ਗਿਆ ਸੀਐਮ ਕੋਈ ਜ਼ਰੂਰਤ ਵਾਲਾ ਆ ਗਿਆ ਤੇ ਉਦੋਂ ਉਹ ਕਰ ਵੀ ਸਕਦਾ ਲਾਗੂ ਕਰ ਸਕਦਾ ਪਰ ਇਹਨਾਂ ਵਾਸਤੇ ਮੁਸ਼ਕਲ ਹੈ ਮੈਂ ਇਹ ਜਿਹੜੇ ਲੀਡਰ ਨੇ ਚਰਨਜੀਤ ਸਿੰਘ ਉਹਦੇ ਚਲੋ ਠੀਕ ਹੈ ਆਪਦੇ ਘਰੇ ਸਾਰੀ ਠੀਕ ਆ ਪਰ ਮੈਂ ਇਹਨਾਂ ਨੂੰ ਉਹਦਾ ਫਾਇਦਾ ਲੀਡਰ ਨਹੀਂ ਮੰਨਦਾ ਮਤਲਬ ਕਿ ਜਿਹੜੇ ਇਹੋ ਜਿਹੇ ਦਲੇਰਾਂ ਦਾ ਫੈਸਲੇ ਲੈ ਸਕੇ ਕਿਉਂਕਿ ਬਹੁਤ ਦਲੇਰੀ ਦੀ ਗੱਲ ਹੈ ਨਾ ਤੁਸੀਂ ਮੰਨ ਲਓ ਸੀਲਿੰਗ ਐਕਟ ਦੇ ਵਿੱਚ ਕੀ ਆ ਸੀਲਿੰਗ ਐਕਟ ਦੇ ਵਿੱਚ ਕਹਾਣੀ ਇਹ ਆ ਕਿ ਮੰਨ ਲਓ ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ ਕਿ ਜਿਹੜੀ ਜ਼ਮੀਨ ਆ ਜਿੱਦਾਂ ਉਹ ਤਰ੍ਹਾਂ ਆਪਾਂ ਗੱਲ ਵੀ ਕੀਤੀ ਸੀ ਕਿ ਦੋ ਫਸਲਾਂ ਵਾਲੀ ਜ਼ਮੀਨ ਹੈ ਜਿਹੜੀ ਉਹ ਤੁਸੀਂ 17.5 ਕਿੱਲੇ ਰੱਖ ਸਕਦੇ ਇਹ ਤੋਂ ਵੱਧ ਨਹੀਂ ਤੁਸੀਂ ਰੱਖ ਸਕਦੇ ਤਾਂ ਹੁਣ 17.5 ਕਿੱਲੇ ਜਿਹੜੀ ਜ਼ਮੀਨ ਆ ਉਹ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਤਾਂ ਪਾਵਰਫੁਲ ਬੰਦੇ ਜਿਹੜੇ ਉਹ ਰਾਜਨੀਤੀ ਚ ਜਿਹਨਾਂ ਦੇ ਕੋਲ 200-400 ਕਿੱਲਾ ਉਹ ਜ਼ਮੀਨ ਦੇ ਦੇਣਗੇ ਸੋ ਇਹ ਜਦੋਂ ਇਹਨੇ ਦੇਖਿਆ ਚਰਨਜੀਤ ਸਿੰਘ ਮੈਨੂੰ ਮਨਸ਼ਾ ਨਹੀਂ ਸਮਝ ਲੱਗੀ ਮੈਨੂੰ ਹਾਲੇ ਵੀ ਮੈਂ ਕਨਫਿਊਜ਼ਨ ਚ ਆ ਹਾਲੇ ਵੀ ਡੁੱਬ ਗਿਆ ਪਿਆ ਕਿ ਕਰਨਾ ਕੀ ਸੀਗਾ ਕੀ ਇਹਨਾਂ ਨੇ ਕੋਈ ਟੈਕਸ ਲਾਉਣ ਦਾ ਸੋਚ ਲਿਆ ਸੀਗਾ ਕਿ ਵੱਡੇ ਜ਼ਿਮੀਂਦਾਰਾਂ ਤੇ ਟੈਕਸ ਲਾ ਦਈਏ ਕੀ ਸੋਚ ਕੀ ਰਹੀ ਆ ਕਿ ਗਰੀਬਾਂ ਚ ਵੰਡਣ ਨੂੰ ਫਿਰਦੇ ਸੀਗੇ ਕਿ ਹਾਂ ਭਾਈ ਚਲੋ ਆਪਾਂ ਏਦਾਂ ਕਰਦੇ ਹਾਂ ਕਿ ਦੁਨੀਆਂ ਦੇ ਵਿੱਚ ਇੰਨਾ ਸਮਾਂ ਪੈਣੇ ਆ ਆਪਾਂ ਬਰੋਬਰ ਕਰ ਦਈਏ ਸਾਰੇ ਕੀ ਇਹ ਸੋਚ ਲੈ ਕੇ ਚੱਲੇ ਸੀਗੇ ਜਿਵੇਂ ਅੱਜ ਹੀ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸਾਂ ਕਿ ਦੁਨੀਆਂ ਦੇ ਵਿੱਚ ਇੰਨਾ ਦੌਲਤ ਦਾ ਅਸਮਾਂ ਪੈਣੇ ਆ ਇੰਨਾ ਜ਼ਿਆਦਾ ਫਰਕ ਆ ਕਿ ਦੁਨੀਆਂ ਦੀ ਦੌਲਤ ਜਿਹੜੀ ਮਤਲਬ ਕਿ ਪੂਰੀ ਦੁਨੀਆਂ ਦੀ ਜਿਹੜੀ ਦੌਲਤ ਆ ਜੇ ਇਹਨਾਂ ਨੂੰ ਬਰਾਬਰ ਵੰਡ ਦਿੱਤਾ ਜਾਵੇ ਤਾਂ ਉਹ 62 ਲੱਖ ਰੁਪਇਆ ਆਉਂਦਾ ਸਾਨੂੰ ਐਵਰੇਜ ਆ ਪਰ ਉਹ ਜ਼ਿਆਦਾਤਰ ਦੌਲਤ ਜਿਹੜੀ ਉਹ 2-4-5% ਬੰਦਿਆਂ ਕੋਲ ਆ ਜ਼ਿਆਦਾਤਰ ਦੌਲਤਮੰਦ ਉਹ ਲੋਕ ਨੇ ਸੋ ਅਸਾਵਾਪਣ ਤੇ ਹੈ ਜ਼ਮੀਨ ਦਾ ਮਾਮਲਾ ਵੀ ਕੁਛ ਇਸੇ ਤਰ੍ਹਾਂ ਦਾ ਹੀ ਹੈ ਅਸਾਵਾਪਣ ਹੈ ਜਿਹਦੇ ਕੋਲ ਹੈ ਬਹੁਤ ਹੈ ਜਿਹਦੇ ਕੋਲ ਥੋੜੀ ਹੈ ਤਾਂ ਬਹੁਤ ਥੋੜੀ ਹੈ ਜਿਹਦੇ ਕੋਲ ਹਾਈ ਨਹੀਂ ਹੈ ਜਿਹਦੇ ਕੋਲ ਹਾਈ ਨਹੀਂ ਉਹਦੇ ਕੋਲ ਕੱਖ ਵੀ ਨਹੀਂ ਹੈ ਸੋ ਬਰਾਬਰਤਾ ਤਾਂ ਬਰਾਬਰਤਾ ਇਹਨੂੰ ਕਮਿਊਨਿਜ਼ਮ ਵੀ ਇਹਨੂੰ ਕਹਿੰਦੇ ਆ ਨਾ ਕਮਿਊਨਿਸਟਾਂ ਦੀ ਜੇ ਤੁਸੀਂ ਵਿਚਾਰਧਾਰਾ ਦੇਖੋਗੇ ਅਸਲ ਦੇ ਵਿੱਚ ਉਹ ਵੀ ਕਹਿੰਦੇ ਕਿ ਸਾਧਨਾ ਤੇ ਬਰੋਬਰ ਹਿੱਸਾ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਜਦੋਂ ਅਸੀਂ ਕੋਈ ਵੀ ਨਾਗਰਿਕ ਹੈ ਬਰਾਬਰ ਹੈ ਉਹਨਾਂ ਦਾ ਮੰਨਣਾ ਇਹੀ ਹੈ ਕਿ ਬਰਾਬਰ ਹੱਕ ਹੋਣਾ ਚਾਹੀਦਾ ਸਾਧਨਾ ਤੇ ਖੈਰ
ਇਹ ਬੜਾ ਵੱਡਾ ਫੈਸਲਾ ਹੁੰਦਾ ਕੋਈ ਵੀ ਲਾਗੂ ਕਰਦਾ। ਤੁਸੀਂ ਇਹ ਛੱਡੋ, ਮੈਂ ਅੱਜ ਤੱਕ ਇਹ ਸੋਚਦਾ ਆ ਕਿ ਆਹ ਜਿਹੜੀ ਸਬਸਿਡੀ ਆ, ਆਹ ਫ੍ਰੀ ਵਾਲੀ ਸਬਸਿਡੀ ਆ, ਤੇ ਮੋਟੇ ਕਿਸਾਨ ਲਈ ਜਾਂਦੇ ਆ, ਜ਼ਿਆਦਾ ਫਾਇਦਾ ਮੋਟੇ ਕਿਸਾਨਾਂ ਦਾ ਹੁੰਦਾ ਆ। ਓਵਰਆਲ ਜੇ ਸਬਸਿਡੀ ਦੇਖੋ ਕਿ ਕੁਛ ਕੁ ਹਜ਼ਾਰ ਕਿਸਾਨ ਨੇ ਜਿਹੜੇ 26-30% ਸਬਸਿਡੀ ਲੈ ਜਾਂਦੇ ਨੇ, ਮੇਰਾ ਮੰਨਣਾ ਆ, ਜਿਹਨਾਂ ਦੀਆਂ ਕਿਸੇ ਦੀਆਂ 6 ਮੋਟਰਾਂ, ਕਿਸੇ ਦੀਆਂ 8 ਮੋਟਰਾਂ। ਹੁਣ ਜਿਹਦੇ ਕੋਲ ਪਹਿਲੀ ਆ, ਤੁਹਾਨੂੰ ਬੇਨਤੀ ਦੱਸ ਦਿੱਤੀ ਆਪਾਂ, ਜਿਹਦੇ ਕੋਲ 2000 ਕਿਸਾਨ ਕੋਲ 250 ਉੱਤੇ ਤੋਂ ਕਿਲੋ ਆ, ਉਹ ਤੇ ਬਿੱਲ ਭਰ ਸਕਦਾ ਕਿ ਨਹੀਂ ਭਰ ਸਕਦਾ? ਬਿਲਕੁਲ ਦੱਸੋ, ਤੇ ਉਹ ਭਰ ਸਕਦਾ, ਪਰ ਇਹ ਨਹੀਂ ਲਾਗੂ ਕਰ ਸਕਦੇ, ਉੱਥੇ ਵੀ ਨਹੀਂ ਲਾਗੂ ਕਰ ਸਕਦੇ। ਬਿਲਕੁਲ ਬਿਲਕੁਲ, ਕਿਉਂਕਿ ਇਹਨਾਂ ਦੀ ਜ਼ਰੂਰਤ ਨਹੀਂ ਨਾ ਵਿਖਾਉਣੀ, ਕਿਉਂਕਿ ਵਿਰੋਧ ਹੋਏਗਾ ਵੋਟਾਂ ਚੁੱਕਣ ਦੀਆਂ। ਇਹ ਤੇ ਕੰਮ ਉਹੀ ਕਰ ਸਕਦਾ ਜਿਹੜਾ ਬੰਦਾ ਇਹ ਸੋਚ ਕੇ ਆਊਗਾ ਕਿ ਦੁਨੀਆ ਪਹਿਲੀ ਜੋ ਮਰਜ਼ੀ ਕਹੇ, ਹੁਣ ਦੂਜੀ ਵਾਰ ਬਣੀਏ ਜਾਂ ਨਾ ਬਣੀਏ, ਬਸ ਮੈਂ ਆਹ ਫੈਸਲੇ ਕਰਨੇ ਨੇ। ਸੋ ਇਹ ਜ਼ਮੀਨ ਵਾਲਾ ਕੀ ਹੈ ਕਿ ਜਦੋਂ ਘੁਰਕੀ ਵੱਡੀ ਹੋਏਗੀ, ਰਵੱਈਏ ਕੀ ਲੱਗਾ ਕਰਨ, ਤਾਂ ਉਸੇ ਵੇਲੇ ਫਿਰ ਬੈਠ ਗਏ, ਇਹਨਾਂ ਨੇ ਯੂ ਟਰਨ ਲੈ ਲਿਆ। ਪਰ ਮੈਨੂੰ ਸਮਝ ਨਹੀਂ ਆਈ ਕਿ ਇਹਨਾਂ ਦੀ ਮਨਸ਼ਾ ਕੀ ਸੀਗੀ, ਕਿ ਉਹ ਗਰੀਬਾਂ ਚ ਵੰਡਣਾ ਚਾਹਦੇ ਸਨ ਜਾਂ ਕੋਈ ਟੈਕਸ ਲਾਉਣਾ ਚਾਹੁੰਦੇ ਸੀਗੇ, ਸਮਝ ਨਹੀਂ ਆਈ ਇਸ ਗੱਲ ਨੂੰ ਕਿ ਉਹ ਕਾਹਤੋਂ ਲੈਂਡ ਰਿਕਾਰਡ ਜਿਹੜਾ ਚੈੱਕ ਕਰ ਰਹੇ ਸੀਗੇ। ਜੀ ਮਿਸਿਸ ਗੋਸਲ, ਆਈ ਥਿੰਕ ਸੋ, ਵੈਲਕਮ ਜੀ। ਦਰਵਾਜ ਸਿੰਘ ਬੇਟਾ ਜੀ, ਮੈਨੂੰ ਉਹਨਾਂ ਨੂੰ ਵੀ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਤੋਂ। ਕੀ ਸਵਾਲ ਕੀ ਹੈ? ਮੈਂ ਇਹੀ ਸਵਾਲ ਕਰਦੀ ਹਾਂ, ਪਹਿਲਾਂ ਤਾਂ ਆਇਆਂ ਨੂੰ ਬੜੀ ਖੁਸ਼ੀ ਅੱਜ ਮੋਰਚਾ ਜਿੱਤ ਕੇ ਆਏ ਹੈਗੇ ਆ, ਤੇ ਇਹ ਆ ਵੀ ਜਿਹੜੀ ਖਿਚੜੀ ਪੱਕ ਰਹੀ ਆ, ਇਹ ਤੋਂ ਕਿਹੜਾ ਕਿਹੜਾ ਬਾਜੀ ਮਾਰ ਜਾਊਗਾ? ਗੈਸ ਕਿਹੜਾ ਕੋਈ ਹੈ ਦੱਸੋ ਮਿੱਠੂ, ਤੁਸੀਂ ਬੜੇ। ਮੈਂ ਕੱਲ ਸੁਣ ਰਿਹਾ ਸੀ ਮਿਸਿਸ ਗੋਸਲ, ਤੁਸੀਂ ਆਪਣਾ ਪਿਛੋਕੜ ਵੀ ਦੱਸਿਆ, ਸਰਦਾਰ ਸ਼ਹੀਦ ਭਗਤ ਸਿੰਘ ਹੋਣਾ ਦੇ ਨਾਲ ਇੰਗੜੀ ਪਿੜਿੰਗੜੀ ਰਿਸ਼ਤੇਦਾਰਾਂ ਦੇ ਵਿੱਚੋਂ ਤੁਸੀਂ, ਤੇ ਕਿੰਨੇ ਵਰੇ ਹੋ ਗਏ ਤੁਹਾਨੂੰ ਇੰਡੀਆ ਨਹੀਂ ਗਏ ਤੁਸੀਂ? ਮੈਂ ਸੁਣ ਰਿਹਾ ਸੀ ਅਰਸ਼ ਨਾਲ ਗੱਲਬਾਤ ਤੁਹਾਡੀ। ਮੈਂ ਤਾਂ ਆਪ ਕਾਲ ਕਰਦੀ ਸੀ। ਨਹੀਂ, ਕਿੰਨੇ ਵਰੇ ਹੋ ਗਏ ਆ? ਕਿੰਨੇ ਵਾਰੀ ਹੋ ਗਏ? ਅੱਛਾ, ਉਹ ਤੁਸੀਂ ਨੋ ਇੰਗਲਿਸ਼ ਦੇ ਵਿੱਚ? ਨੋ ਇੰਗਲਿਸ਼ ਦੇ ਵਿੱਚ ਵੈਸੇ ਹੀ ਕਹਿ ਰਹੇ ਸੀਗੇ। ਅੱਛਾ, ਮੈਂ ਉਹ ਤੋਂ ਆਈਡੀਆ ਲਾ ਰਿਹਾ ਸੀਗਾ ਤਾਂ ਤੁਹਾਨੂੰ ਪੁੱਛਿਆ ਮੈਂ, ਕਿਹਾ ਤੁਸੀਂ ਸੱਚ ਬੋਲਿਆ ਕਿ ਬੜਾ ਚਿਰ ਹੋ ਗਿਆ ਮੈਂ ਇੰਡੀਆ ਨਹੀਂ ਗਏ। ਨਹੀਂ, ਫਿਰ ਮੌੜ ਕੇ ਮੈਂ ਕਹਿਤਾ ਸੀ, ਤੁਸੀਂ ਦੁਬਾਰਾ ਨਹੀਂ ਸੁਣਿਆ ਵੀ ਮੈਂ ਤਾਂ ਅਜੇ 2 ਸਾਲ ਹੋਏ ਪਾਕਿਸਤਾਨ ਗਈ ਤੇ ਭੇਜ ਗਈ ਪਾਕਿਸਤਾਨ ਪੰਜਾਬ। ਨਹੀਂ, ਮੇਰਾ ਕੁਐਸਚਨ ਉਹਦੇ ਨਾਲ ਰਿਲੇਟਡ ਤਾਂ ਸੀ ਵੀ ਵੇਖੋ ਉਹਦੇ ਬਾਵਜੂਦ ਵੀ ਕਿੰਨਾ ਆਪਾਂ ਲਗਾ ਰੱਖਦੇ ਹਾਂ ਕਿ ਉੱਥੇ ਕੌਣ ਸਰਕਾਰ ਬਣਾ ਰਿਹਾ, ਵੀ ਇੰਨੇ ਸਾਲ ਹੋ ਗਏ ਤਾਂ ਵੀ ਨਹੀਂ ਗਏ, ਤੇ ਲਗਾ ਕਿੰਨਾ? ਬਹੁਤ ਮਿਹਰਬਾਨੀ। ਹਾਂਜੀ ਮਿੰਟੂ ਜੀ, ਕੀ ਜਵਾਬ ਦੇਣਾ ਚਾਹੋਗੇ? ਹਾਂਜੀ, ਮੈਨੂੰ ਸਮਝ ਨਹੀਂ ਲੱਗੀ ਕਿਹੜੀ। ਕਹਿੰਦੇ ਵੀ ਖਿਚੜੀ ਪੱਕ ਰਹੀ ਆ, ਕੌਣ ਬਾਜੀ ਮਾਰਜੂ? ਰਾਜਨੀਤਿਕ ਬਾਜੀ ਆ। ਹਾਂਜੀ, ਰਾਜਨੀਤਿਕ। ਦੇਖੋ, ਰਾਜਨੀਤਿਕ ਤੇ ਹੁਣ ਜਿੱਦਾਂ ਕਹਿ ਲਓ ਕਿ ਇਸ ਟਾਈਮ ਕੁਛ ਵੀ ਕਲੀਅਰ ਨਹੀਂ ਹੈ, ਕੁਛ ਵੀ ਕਲੀਅਰ ਨਹੀਂ ਹੈ। ਆਮ ਆਦਮੀ ਪਾਰਟੀ ਨੂੰ ਉਮੀਦ ਆ ਕਿ ਸਾਨੂੰ ਇੱਕ ਜਿੱਦਾਂ ਕਹਿ ਲਓ ਕਿ ਬੜੀ ਚਮਤਕਾਰੀ ਵੋਟ ਪਏਗੀ। ਚਮਤਕਾਰੀ ਵੋਟ ਤੋਂ ਕੀ ਆ ਕਿ ਲੋਕ ਆਪ ਮੁਹਾਰੇ ਵੋਟ ਕਰਨਗੇ। ਅੱਛਾ, ਕਿਉਂਕਿ ਉਹਨਾਂ ਦੇ ਜਿਹੜੇ ਸਰਵੇ ਆ, ਅੰਦਰ ਦੇ ਸਰਵੇ, ਉਹਨਾਂ ਦੇ ਕੁਛ ਇਸ ਕਿਸਮ ਦੇ ਆ, ਜਿਹੜੇ ਸਰਵੇ ਹੁੰਦੇ ਆ ਇੰਟਰਨਲ, ਜੇ ਕਹਿ ਲਓ ਕਿ ਸਰਵੇ ਕਰਾਉਂਦੇ ਨੇ। ਹੁਣ ਕਾਂਗਰਸ ਦੇ ਸਰਵੇ ਕਰਵਾਉਣ ਜਾ ਰਹੀ ਆ, ਬਹੁਤ ਜਲਦੀ ਇਹਨਾਂ ਦਾ ਵੀ ਰਿਜ਼ਲਟ ਮਿਲ ਜਾਏਗਾ। ਮਤਲਬ ਕਿ ਉਹਨੂੰ ਕਲਰ ਕੋਡਿੰਗ ਕਹਿੰਦੇ ਨੇ, ਉਹ ਸਰਵੇ ਹੋਏਗਾ ਕਿ ਕਿੱਥੇ ਕੋਈ ਬੰਦਾ ਹਾਰਦਾ ਪਿਆ, ਕਿਹੜੀ ਸੀਟ ਅਸੀਂ ਹਾਰਦੇ ਪਏ ਹਾਂ, ਕਿਹੜੀ ਸੀਟ ਤੋਂ ਕੈਂਡੀਡੇਟ ਬਦਲਿਆ ਜਾ ਸਕਦਾ ਜਾਂ ਕਿਹੜੀ ਸੀਟ ਅਸੀਂ ਜਿੱਤਦੇ ਹਾਂ, ਤਾਂ ਉਹ ਕੋਡਿੰਗ ਸਰਵੇ ਵੀ ਜਲਦੀ ਇਹਨਾਂ ਦਾ ਸਾਹਮਣੇ ਆ ਜਾਏਗਾ। ਤਾਂ ਦੂਸਰੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਆਮ ਆਦਮੀ ਪਾਰਟੀ ਨੇ ਜਿਵੇਂ ਕਿਹਾ ਕਿ ਉਹਨਾਂ ਨੂੰ ਉਮੀਦ ਇਹ ਆ ਕਿ ਆਪ ਮੁਹਾਰੀ ਸਾਨੂੰ ਵੋਟ ਪੈ ਜਾਏਗੀ। ਅਕਾਲੀ ਦਲ ਜਿਹੜਾ ਆ ਬਾਜੀ ਤੇ ਕਾਫੀ ਸਟਰੋਂਗ ਬਣਦਾ ਜਾ ਰਿਹਾ, ਜੇ ਦੇਖੋਗੇ ਤਾਂ ਉਹਨਾਂ ਨੂੰ ਇਹ ਉਮੀਦ ਆ ਕਿ ਜੇ ਅਸੀਂ 5-7% ਵੋਟ ਹੋਰ ਗੇਨ ਕਰ ਲੈਂਦੇ, ਆਪਦਾ ਜਿਹੜਾ ਸਾਡਾ ਵੋਟ ਸ਼ੇਅਰ ਆ ਜਿਹੜਾ 27-28% ਆ, ਜੇ ਅਸੀਂ ਇਹਨੂੰ 30-35 ਤੱਕ ਲੈ ਜਾਂਦੇ ਹਾਂ ਤਾਂ ਅਸੀਂ ਲੈ ਜਾਂਦੇ, ਉਹ ਆਪਣੀ ਮਤਲਬ ਕਿ ਕਹਿ ਲਓ ਕਿ ਗਿਣਤੀ ਦੇ ਨਤੀਜਾ, ਤਾਂ ਕੁੱਲ ਮਿਲਾ ਕੇ ਸਪੈਸ ਮਿਲਦੇ ਹਾਲ ਦੀ ਘੜੀ। ਜੇ ਤੁਸੀਂ ਅੱਜ ਦਾ ਦੇਖੋ ਕਿ ਅੱਜ ਵੋਟ ਪੈ ਕੇ ਨਤੀਜਾ ਨਿਕਲੇ, ਤਾਂ ਹੋ ਸਕਦਾ ਹੰਗ ਸੰਭਲੇ ਵੀ ਅੱਜ ਹੋ ਸਕਦਾ, ਕਿਉਂਕਿ ਬਹੁਤ ਕੁਛ ਹੋਣਾ ਜੇ ਬਾਕੀ ਹੈ ਨਾ। ਕਿਸਾਨ ਕੀ ਆਉਂਦੇ ਆ ਮੈਦਾਨ ਚ, ਭਾਜਪਾ ਤੇ ਅਮਰਿੰਦਰ ਸਿੰਘ ਤੇ ਜਿਹੜੇ ਢੀਂਸੇ ਆ, ਇਹ ਜਦ ਥੱਲੇ ਜਾਂਦੇ ਇਹਨਾਂ ਦਾ ਕੀ ਅਸਰ ਹੁੰਦਾ? ਤਾਂ ਬਹੁਤ ਹੱਦ ਤੱਕ ਕਹਿ ਲਓ ਕਿ ਤਸਵੀਰ ਧੁੰਦਲੀ ਆ, ਸਪਸ਼ਟ ਨਹੀਂ ਹੈ। ਹੌਲੀ 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 ਜਿਵੇਂ ਜਿਵੇਂ ਪੱਤੇ ਖੁੱਲਦੇ ਜਾਣਗੇ, ਹਵਾ ਦਾ ਰੁੱਖ ਜਿਹੜਾ ਆ ਬਦਲੇਗਾ, ਫਿਰ ਪਤਾ ਲੱਗੇਗਾ ਸਾਨੂੰ ਕਿ ਕਿਹੜਾ ਅੱਗੇ ਆ ਕਿਹੜਾ ਪਿੱਛੇ ਆ। ਮੁੰਬਈ ਪੁਲਿਸ ਦੇ ਸਾਹਮਣੇ ਪੇਸ਼ ਹੋਣ ਜਾ ਰਹੀ ਹੈ ਕੰਗਣਾ ਰਣੌਤ। ਹਾਂਜੀ, ਦੇਖੋ ਇਹਨੂੰ ਹੋਣਾ ਪਵੇਗਾ, ਪੇਸ਼ ਹੋਣਾ ਪਵੇਗਾ, ਕਿਉਂਕਿ ਹਾਈ ਕੋਰਟ ਦੇ ਵਿੱਚ ਗਈ ਸੀਗੀ, ਤਾਂ ਹਾਈ ਕੋਰਟ ਨੇ ਇਹਨਾਂ ਨੂੰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹਦਾਇਤਾਂ ਕੀਤੀਆਂ ਨੇ ਸਰਕਾਰ ਵਾਲਿਆਂ ਨੂੰ ਕਿ ਭਾਈ ਤੁਸੀਂ 25 ਜਨਵਰੀ ਤੀਕ ਕੋਈ ਵੀ ਕਾਰਵਾਈ ਨਹੀਂ ਕਰਨੀ, ਮਤਲਬ ਕਿ ਜਿਹੜੀ ਸਜ਼ਾ ਯੋਗ ਕਾਰਵਾਈ ਹੋਵੇ, ਦੰਡਾਤਮਕ ਕਾਰਵਾਈ ਕਹਿ ਦਿੰਦੇ ਆ ਕਿ ਐਸੀ ਕੋਈ ਕਾਰਵਾਈ ਨਹੀਂ ਕਰਨੀ।
ਤੁਹਾਨੂੰ ਸਹਿਯੋਗ ਕਰੇਗੀ। ਤਾਂ ਉਹਨਾਂ ਨੇ ਕਿਹਾ ਕਿ ਕੋਈ ਗੱਲ ਨੀ, ਸਾਨੂੰ ਸਹਿਯੋਗ ਹੀ ਚਾਹੀਦਾ ਜਾਂਚ ਪੜਤਾਲ ਦੇ ਵਿੱਚ, ਤਾਂ ਜਾਂਚ ਪੜਤਾਲ ਦੇ ਵਿੱਚ ਇਹ ਸਹਿਯੋਗ ਕਰੇਗੀ, ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ। ਸੋ ਸਾਰਾ ਕੁਛ ਹੈ ਜਿਹੜਾ ਉੱਥੇ ਤੈਅ ਹੋ ਗਿਆ। ਹੁਣ 22 ਦਸੰਬਰ ਨੂੰ ਲੜਾਈ, ਕਿਉਂਕਿ ਦੇਖੋ ਆਨੇ ਬਾਨੇ ਅੱਗੇ ਤੇ ਵੱਜ ਜਾਂਦੇ ਆ। ਜਦੋਂ ਕੋਰਟ ਦੇ ਵਿੱਚ ਜਾ ਕੇ ਕੋਈ ਬੰਦਾ ਗੱਲ ਕਹਿ ਦਿੰਦਾ ਕਿ ਹਾਂ ਜੀ ਮੈਂ ਇੰਨੀ ਤਰੀਕ ਨੂੰ ਪੇਸ਼ ਹੋ ਜਾਂਦਾ, ਜਾਂ ਕੋਰਟ ਹੁਕਮ ਦੇ ਦਿੰਦੀ ਹੈ ਕਿ ਇੰਨੀ ਤਰੀਕ ਨੂੰ ਤੈਨੂੰ ਪੇਸ਼ ਹੋਣਾ ਪੈਣਾ, ਤਾਂ ਫਿਰ ਕੋਈ ਆਨਾ ਬਾਨਾ ਨਹੀਂ ਰਹਿ ਜਾਂਦਾ ਛੇਤੀ ਜਿੱਤਿਆ। ਸੋ ਇਸ ਕਰਕੇ ਇਹਨੂੰ ਹੁਣ ਪੇਸ਼ ਹੋਣਾ ਪਵੇਗਾ ਆਪਣਾ ਪੱਖ। ਔਰ ਤਾਂ ਵੈਸੇ ਹਰੇਕ ਦਾ ਫਰਜ਼ ਵੀ ਬਣਦਾ ਕਿ ਉਹ ਆਪਣਾ ਪੱਖ ਰੱਖੇ, ਔਰ ਸੁਣਨਾ ਵੀ ਕਾਨੂੰਨ ਦਾ ਫਰਜ਼ ਬਣਦਾ ਕਿ ਹਰੇਕ ਦਾ ਪੱਖ ਸੁਣਿਆ ਜਾਵੇ, ਪਰ ਉਹਨੂੰ ਪੇਸ਼ ਜ਼ਰੂਰ ਹੋਣਾ ਪਏਗਾ। ਤਾਂ ਮਾਮਲਾ ਸਭ ਨੂੰ ਪਤਾ ਹੀ ਹੈ, ਜਿਸ ਤਰ੍ਹਾਂ ਦਾ ਇੱਕ ਨੇ ਟਵੀਟ ਕੀਤਾ ਸੀਗਾ, ਟਵਿੱਟਰ ਤੋਂ ਤਾਂ ਸ਼ਾਇਦ ਹੈ ਹੀ ਨਹੀਂ ਵੀ ਮਤਲਬ ਕਰਤੀ ਸੀ, ਪਰ ਇਹਨਾਂ ਨੇ ਇੰਸਟਾ ਤੇ ਸ਼ਾਇਦ ਪਾਈ ਸੀਗੀ। ਜੀ ਪਰ ਉਹਦੇ ਬਾਵਜੂਦ ਵੀ ਆਪਾਂ ਕਿਹੜੇ ਟਲੇ ਹਾਂ ਹਾਂਜੀ, ਉਹਦੇ ਬਾਵਜੂਦ ਵੀ ਆਪਾਂ ਉਸੇ ਦੀ ਉਸੇ ਤਰ੍ਹਾਂ ਹੈਂਕੜਬਾਜ਼ੀ ਜਿਹੜੀ ਅੱਜ ਸਾਡੀ ਬਰਕਰਾਰ ਹੈ। ਵੀ ਮਾਫ਼ੀ ਮੰਗ ਕੇ ਵੀ ਕਹਿੰਦੀ ਮੈਂ ਮਾਫ਼ੀ ਨਹੀਂ ਮੰਗੀ, ਤਾਂ ਕੀ ਕਰੋਗੇ ਇਹਨਾਂ ਲੋਕਾਂ ਨੂੰ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਰਾਤ ਨੂੰ ਮਿਲਦੇ ਹਾਂ। ਥੈਂਕ ਯੂ ਜੀ, ਸ਼ੁਕਰੀਆ ਜੀ, ਸੋ ਨਾਈਸ ਸਰ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।